ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਰਾਜਪਾਲ ਮਾਖਨੀ ਅਤੇ ਅੱਜ ਹੈ ਸ਼ਨੀਵਾਰ। ਤੋ ਹਰ ਸ਼ਨੀਵਾਰ ਦੀ ਤਰ੍ਹਾਂ ਅੱਜ ਵੀ ਆਪਾਂ ਗੱਲ ਕਰਾਂਗੇ ਜ਼ਹਿਰ ਮੁਕਤ ਬਗੀਚੀ ਅਤੇ ਬਾਗ ਲਾਉਣ ਬਾਰੇ। ਅਤੇ ਸਭ ਤੋਂ ਮੁੱਢਲੀ ਜਿਹੜੀ ਚੀਜ਼ ਜਿਹੜੀ ਹੈ, ਸਾਨੂੰ ਇਹ ਸਮਝ ਹੋਣੀ ਚਾਹੀਦੀ ਹੈ ਕਿ ਮਿੱਟੀ ਹੈ ਕੀ, ਕਿਸ ਤਰ੍ਹਾਂ ਦੀ ਮਿੱਟੀ ਹੋਊਗੀ ਤਾਂ ਕਿ ਸਾਨੂੰ ਇਹਦੇ ਵਿੱਚ ਕੋਈ ਕੈਮੀਕਲ ਨਾ ਰਲਾਉਣੇ ਪੈਣ। ਅਤੇ ਇਸ ਤੋਂ ਪਹਿਲਾਂ ਕਿ ਆਪਾਂ ਅੱਗੇ ਚਰਚਾ ਕਰੀਏ, ਮੇਰੇ ਕਈ ਮਿੱਤਰ ਪਰਾਇਆਂ ਨੇ ਕਿਹਾ ਵੀ ਜਗ੍ਹਾ ਨਹੀਂ ਹੈ ਸਾਡੇ ਕੋਲ ਇੰਨੀ ਸਾਰੀ, ਤਾਂ ਕੋਈ ਚੱਕਰ ਨਹੀਂ। ਜਿਹੜਾ ਆਈਡੀਏਸ਼ਨ ਸੈਂਟਰ ਆਪਾਂ ਤਿਆਰ ਕੀਤਾ ਸੀ ਉਹਦੇ 20 ਫੁੱਟ ਬਾਈ 30 ਫੁੱਟ ਦੇ ਵਿੱਚ 12 ਬੂਟੇ ਲੱਗੇ ਹੋਏ ਨੇ। ਅਤੇ ਜੇ ਓਨੀ ਵੀ ਜਗ੍ਹਾ ਨਹੀਂ ਆਪਣੇ ਕੋਲ ਤਾਂ ਗਮਲੇ ਦੇ ਵਿੱਚ ਵੀ ਪੂਰਾ ਦਰਖਤ ਆਪਾਂ ਉਗਾ ਸਕਦੇ ਹਾਂ, ਉਹ ਸਾਰਾ ਆਪਾਂ ਪਹਿਲਾਂ ਕਰ ਚੁੱਕੇ ਹਾਂ। ਅਤੇ ਹੁਣ ਆਪਾਂ ਇਹ ਹੈ ਵੀ ਜੇ ਸਾਡੇ ਕੋਲ ਖੁੱਲ੍ਹੀ ਜਗ੍ਹਾ ਆ, ਥੋੜ੍ਹੀ ਜਗ੍ਹਾ ਦੇ ਵਿੱਚ ਆਪਾਂ ਬਾਗ ਜਾਂ ਸਬਜ਼ੀਆਂ ਲਾਉਣੀਆਂ ਚਾਹੁੰਦੇ, ਉਹ ਕਿਵੇਂ ਲੱਗ ਸਕਦੀਆਂ ਨੇ, ਇਹ ਸਾਈਜ਼ ਦਾ ਕੋਈ ਰੌਲਾ ਨਹੀਂ ਹੈਗਾ। ਤਾਂ ਪਿਛਲੀ ਵਾਰੀ ਆਪਾਂ ਗੱਲ ਕੀਤੀ ਸੀ ਮਿੱਟੀ ਦੇ ਬਾਰੇ, ਆਪਾਂ ਇਹ ਗੱਲ ਸਮਝਣ ਦੀ ਕੋਸ਼ਿਸ਼ ਕਰੀ ਸੀ ਕਿ ਜਿਹੜੀ ਮਿੱਟੀ ਹੈ ਇਹਦੇ 'ਚ 45%, ਮਤਲਬ 100 ਦੇ ਵਿੱਚੋਂ 45 ਰੁਪਈਏ ਜਿਹੜਾ ਹੈ ਉਹ ਇਹਦੇ ਵਿੱਚ ਖਣਿਜ ਹੁੰਦੇ ਨੇ, ਅਤੇ 4-5% ਔਰਗੈਨਿਕ ਮੈਟਰ ਹੁੰਦਾ। ਅਤੇ ਜੇ ਔਰਗੈਨਿਕ ਮੈਟਰ ਜ਼ੀਰੋ ਹੋ ਜਾਵੇ ਤਾਂ ਖੇਤੀ ਉੱਥੇ ਕੁਛ ਨਹੀਂ ਉੱਗ ਸਕਦਾ, ਘਾਹ ਵੀ ਨਹੀਂ ਉੱਗ ਸਕਦਾ, ਕੁਛ ਨਹੀਂ ਉੱਗ ਸਕਦਾ। ਅਤੇ ਬਾਕੀ ਬਚਦਾ 20-30% ਜਿਹੜਾ ਉਹ ਹਵਾ ਹੁੰਦੀ ਹੈ ਅਤੇ 20-30% ਪਾਣੀ ਹੁੰਦਾ। ਪਰ ਇੱਥੇ ਆਪਾਂ ਇੱਕ ਚੀਜ਼ ਇਹ ਵੀ ਸਮਝੀਏ ਕਿ ਹਰ ਮਿੱਟੀ ਦੇ ਵਿੱਚ ਇੱਕੋ ਤਰ੍ਹਾਂ ਦੇ ਖਣਿਜ ਔਰ ਸਾਰੇ ਖਣਿਜ ਨਹੀਂ ਹੁੰਦੇ। ਜੇ ਹੁਣ ਆਪਾਂ ਇਹਨੂੰ ਥੋੜ੍ਹਾ ਹੋਰ ਸਮਝਣ ਦੀ ਕੋਸ਼ਿਸ਼ ਕਰੀਏ ਤਾਂ ਜਿਵੇਂ ਕੋਲੇ ਦੀਆਂ ਖਦਾਨਾਂ ਨੇ, ਉੱਥੇ ਹਰ ਜਗ੍ਹਾ ਕੋਲੇ ਦੀ ਖਦਾਨ ਨਹੀਂ ਹੁੰਦੀ, ਜਿੱਥੇ ਕੋਲੇ ਦਾ ਖਣਿਜ ਜ਼ਿਆਦਾ ਉੱਥੇ ਕੋਲੇ ਦੀ ਖਦਾਨ ਹੋ ਗਈ, ਜਿੱਥੇ ਲੋਹਾ ਜ਼ਿਆਦਾ ਜਿਹੜੀ ਮਿੱਟੀ ਦੇ ਵਿੱਚ ਉਹ ਲੋਹਾ ਹੋ ਗਿਆ। ਤੋ ਹਰ ਜਗ੍ਹਾ ਜਿਹੜੀ ਮਿੱਟੀ ਹੈ ਉਹਦਾ ਆਪਣਾ ਆਪਣਾ ਸੁਭਾਅ ਹੁੰਦਾ, ਉਹਦੇ ਵਿੱਚ ਘੱਟ ਵੱਧ ਹੁੰਦੇ ਨੇ ਖਣਿਜ ਅਤੇ ਉਹਦੇ ਹਿਸਾਬ ਨਾਲ ਹੀ ਪੈਦਾਵਾਰ ਹੁੰਦੀ ਹੈ। ਤੋ ਹਰ ਜਗ੍ਹਾ ਹਰ ਤਰ੍ਹਾਂ ਦਾ ਫਰੂਟ ਜਾਂ ਉਹ ਨਹੀਂ ਲੱਗਦਾ, ਪਰ ਮਿੱਟੀ ਨੂੰ ਆਪਾਂ ਸੁਧਾਰ ਕਰਕੇ ਉਸ ਪੋਜੀਸ਼ਨ 'ਤੇ ਪਹੁੰਚਾ ਸਕਦੇ ਹਾਂ ਕਿ ਹਰ ਤਰ੍ਹਾਂ ਦਾ ਫਰੂਟ ਸਬਜ਼ੀ ਉੱਥੇ ਹੋਣ ਲੱਗ ਜਾਵੇ। ਤੋ ਇੱਕ ਗੱਲ ਤਾਂ ਆਪਾਂ ਪਿਛਲੀ ਵਾਰੀ ਸਮਝੀ ਕਿ ਮਿੱਟੀ ਦਾ ਜਿਹੜਾ ਸਟਰਕਚਰ ਹੈ ਇਹਦੇ ਵਿੱਚ ਹੁੰਦਾ ਕੀ ਹੈ, ਪਰ ਜਿਹੜੇ ਖਣਿਜ ਮਿੱਟੀ ਦੇ ਵਿੱਚ ਹੈ ਵੀ ਧਾਤਾਂ ਖਣਿਜ ਉਹ ਬੂਟੇ ਵਾਸਤੇ ਅਵੇਲੇਬਲ ਨਹੀਂ ਹੁੰਦੇ, ਬੂਟਾ ਨਹੀਂ ਉਹਨਾਂ ਨੂੰ ਚੱਕ ਸਕਦਾ ਜਦ ਤੱਕ ਕਿ ਉਹ ਬਿਲਕੁਲ ਹੀ ਸੂਕਸ਼ਮ ਜੀਵਾਣੂ ਉਹਨੂੰ ਤੋੜ ਕੇ ਬੂਟੇ ਦੇ ਚੱਕਣ ਯੋਗ ਕਰ ਦੇਣ। ਤੁਸੀਂ ਮੋਟਾ ਜੇ ਸਮਝਣਾ ਤਾਂ ਇਹ ਸਮਝੋ ਕਿ ਜਿਵੇਂ ਜਦ ਤੱਕ ਉਹ ਪਾਣੀ ਦੇ ਵਿੱਚ ਨਹੀਂ ਘੁਲਦਾ ਉਦੋਂ ਤੱਕ ਨਹੀਂ ਚੱਕ ਸਕਦਾ ਤੁਹਾਡਾ ਪਲਾਂਟ, ਜੇ ਸਿੱਧੀ ਜੱਟ ਭਾਸ਼ਾ ਦੇ ਵਿੱਚ ਸਮਝਣਾ ਹੋਵੇ ਤਾਂ। ਅਤੇ ਪਾਣੀ ਦੇ ਵਿੱਚ ਘੁਲਣਾ ਜ਼ਰੂਰੀ ਹੈ, ਅਤੇ ਪਾਣੀ ਦੇ ਵਿੱਚ ਜਦੋਂ ਆਪਾਂ ਕਿਸੇ ਵੀ ਚੀਜ਼ ਨੂੰ ਘੋਲਦੇ ਹਾਂ, ਇੱਕ ਤਾਂ ਹੁੰਦਾ ਸਸਪੈਂਡਡ ਸੋਲਿਡ, TCS ਟੋਟਲ ਸਸਪੈਂਡਡ ਸੋਲਿਡ, ਅੰਗਰੇਜ਼ੀ ਦਾ ਅੱਖਰ ਹੈ, ਘਬਰਾਉਣ ਦੀ ਜ਼ਰੂਰਤ ਨਹੀਂ। ਸਸਪੈਂਡਡ ਮਤਲਬ ਲਟਕ ਰਿਹਾ, ਜਿਹੜੀ ਚੀਜ਼
ਦਾ ਸਾਈਜ਼ ਇੰਨਾ ਕੁ ਹੁੰਦਾ ਵੀ ਨਾ ਤਾਂ ਉਹ ਡੁੱਬਦਾ ਨਾ ਉਹ ਤੈਰਦਾ, ਉਹ ਵਿੱਚੇ ਘੁਲੀ ਜਾਂਦਾ, ਜਿਹਦੇ ਨਾਲ ਟਰਜਡਿਟੀ ਮਤਲਬ ਝਾਂਖ ਝਾਂਖਾ ਜਿਹਾ ਹੋ ਜਾਂਦਾ, ਗੁੰਦਲਾ ਜਿਹਾ ਹੋ ਜਾਂਦਾ ਪਾਣੀ, ਉਹ ਬੈਠਦਾ ਹੀ ਨਹੀਂ ਥੱਲੇ। ਜਿਹੜਾ ਤਾਂ ਪਾਰਟੀਕਲ ਸਾਈਜ਼, ਜਿਹੜਾ ਸਾਈਜ਼ ਵੱਡਾ ਹੁੰਦਾ ਭਾਰਾ ਹੁੰਦਾ ਉਹ ਡੁੱਬ ਜਾਂਦਾ, ਠੀਕ ਹੈ, ਉਹ ਤਾਂ ਥੱਲੇ ਬੈਠ ਜੂਗਾ। ਜਿਹੜਾ ਉਸ ਤੋਂ ਹਲਕਾ ਹੁੰਦਾ ਉਹ ਵਿੱਚ ਤੈਰੀ ਜਾਂਦਾ, ਸਸਪੈਂਡਡ ਸੋਲਿਡ ਹੈ, ਬੈਠਦਾ ਨਹੀਂ ਵਿੱਚ, ਉਹਦੇ ਨਾ ਤਾਂ ਬੈਠਦਾ, ਉਹ ਵਿੱਚ ਤੈਰੀ ਜਾਂਦਾ। ਅਤੇ ਇੱਕ ਹੁੰਦਾ ਡਿਜ਼ੋਲਵਡ ਸੋਲਿਡ, ਮਤਲਬ ਜਿਹੜਾ ਘੁਲ ਗਿਆ ਵਿੱਚ, ਉਹਦਾ ਸਾਈਜ਼ ਇੰਨਾ ਬਰੀਕ ਹੁੰਦਾ ਕਿ ਵਿੱਚੇ ਘੁਲ ਜਾਂਦਾ ਉਹ। ਤੋ ਜਿੰਨੀਆਂ ਵੀ ਧਾਤਾਂ ਨੇ ਇਹ ਜ਼ਿਆਦਾਤਰ ਹਰੇਕ ਤਰ੍ਹਾਂ ਦੇ ਵਿੱਚ ਉਪਲਬਧ ਹੋ ਸਕਦੀਆਂ ਨੇ। ਜੇ ਉਹ ਥੋੜ੍ਹਾ ਜਿਹਾ ਮੋਟਾ ਉਹਦਾ ਕਣ ਤਾਂ ਉਹ ਬੈਠ ਜੂਗਾ, ਸੈਡੀਮੈਂਟ ਹੋ ਜੂਗਾ, ਥੱਲੇ ਬੈਠ ਜੂਗਾ। ਜੇ ਥੋੜ੍ਹਾ ਜਿਹਾ ਉਸ ਤੋਂ ਛੋਟਾ ਹੈ ਕਣ ਤਾਂ ਉਹ ਵਿੱਚ ਉਹਦੇ ਤੈਰਦਾ ਰਹੂਗਾ, ਅਤੇ ਜੇ ਬਿਲਕੁਲ ਬਰੀਕ ਹੈ ਤਾਂ ਘੁਲ ਜੂਗਾ। ਤੋ ਇਸੇ ਤਰ੍ਹਾਂ ਜਿਹੜਾ ਮਿੱਟੀ ਹੈ, ਸਾਡਾ ਸਟਰਕਚਰ ਹੈ, ਇਹਦਾ ਜਿਹੜਾ ਸਭ ਤੋਂ ਬਰੀਕ ਕਣ ਹੁੰਦਾ ਉਹ ਇੰਨਾ ਬਰੀਕ ਹੁੰਦਾ ਕਿ ਇੱਕ ਦੂਜੇ ਦੇ ਵਿਚਾਲੇ ਜਗ੍ਹਾ ਹੀ ਨਹੀਂ ਰਹਿੰਦੀ, ਉਹ ਠੋਸ ਹੋ ਜਾਂਦਾ ਇੱਕਦਮ। ਉਹਨੂੰ ਕਹਿੰਦੇ ਕਲੇ ਸੋਇਲ, ਕਿਉਂਕਿ ਬਹੁਤ ਬਰੀਕ ਹੁੰਦਾ ਉਹ, ਬਹੁਤ ਹੀ ਬਰੀਕ ਹੈ, ਇੱਕ ਦੇ ਉੱਤੇ ਦੂਜਾ ਤੀਜਾ ਚੌਥਾ ਵਿਚਾਲੇ ਜਗ੍ਹਾ ਹੀ ਨਹੀਂ ਬਚਦੀ ਉਹਦੇ, ਤਾਂ ਬਹੁਤ ਜ਼ਿਆਦਾ ਉਹ ਕੰਪੈਕਟ ਹੋ ਜਾਂਦਾ, ਉਹ ਹੋ ਜਾਂਦੀ ਹੈ ਕਲੇ ਸੋਇਲ। ਜਿਹੜਾ ਬਰੀਕ ਬਹੁਤ ਬਰੀਕ ਹੋ ਗਿਆ ਉਹ ਕਲੇ ਹੋ ਗਈ, ਉਸ ਤੋਂ ਜਿਹੜਾ ਮੋਟਾ ਤੁਹਾਡਾ ਹੋ ਗਿਆ ਉਹਨੂੰ ਸਿਲਟ ਕਹਿ ਦਿੰਦੇ ਆਪਾਂ, ਅਤੇ ਉਸ ਤੋਂ ਵੀ ਜਿਹੜਾ ਮੋਟਾ ਕਣ ਹੈ ਉਹਨੂੰ ਆਪਾਂ ਰੇਤਾ, ਪੰਜਾਬੀ ਦੇ ਵਿੱਚ ਦੇ ਤੁਸੀਂ ਕਹੋ ਤਾਂ ਰੇਤਾ ਹੋ ਗਿਆ ਉਹ, ਤੋ ਸੈਂਡ ਕਹਿ ਦਿੰਦੇ ਆਪਾਂ। ਹੁਣ ਜੇ ਮਿੱਟੀ ਬਹੁਤ ਜ਼ਿਆਦਾ ਸੈਂਡੀ ਹੋਵੇ, ਮਤਲਬ ਉਹ ਇੱਕ ਦੂਜੇ ਦੇ ਉੱਤੇ ਬੈਠੇ ਹੀ ਨਾ, ਬਹੁਤ ਜਿਵੇਂ ਡਲੇ ਨੇ, ਐਡੇ ਵੱਡੇ ਵੱਡੇ ਡਲੇ ਨੇ, ਉਹਨਾਂ ਦੇ ਵਿੱਚ ਤਾਂ ਬਹੁਤ ਸਾਰਾ ਗੈਪ ਹੋਊਗਾ ਨਾ ਹਵਾ ਦਾ, ਜੇ ਐਡਾ ਬੜਾ ਬੜਾ ਪੱਥਰ ਹੈ ਉਹ 'ਚ ਹੋਰ ਵੱਡਾ ਗੈਪ ਹੋਊਗਾ, ਜਦ ਇਹ ਛੋਟਾ ਹੋ ਗਿਆ ਇੰਨਾ ਛੋਟਾ ਹੋ ਗਿਆ ਕਿ ਆਪਸ ਦੇ ਵਿੱਚ ਇਹਦੇ ਜਿਵੇਂ ਹੁਣ ਰੇਤਾ ਹੈ ਇਹਦੇ ਵਿੱਚ ਜਿਵੇਂ ਵਿਚਾਲੇ ਗੈਪ ਹੈ, ਜੁੜਿਆ ਨਹੀਂ ਹੋਇਆ ਆਪਸ ਦੇ ਵਿੱਚ, ਤੋ ਇਹ ਸੈਂਡੀ ਸੋਇਲ ਹੋ ਗਈ। ਇਹੀ ਜੇ ਇਹਦੇ ਕਣ ਹੋਰ ਬਰੀਕ ਹੋ ਜਾਂਦੇ ਤਾਂ ਇਹ ਆਪਸ ਦੇ ਵਿੱਚ ਜੁੜ ਜਾਂਦਾ ਔਰ ਇਹ ਕਲੇ ਸੋਇਲ ਬਣ ਜਾਂਦੀ, ਜਮੇ ਹੀ ਚੀਕਣੀ ਮਿੱਟੀ, ਕਿਉਂਕਿ ਕਣ ਬਹੁਤ ਛੋਟੇ ਨੇ ਇੱਕ ਦੂਜੇ ਦੇ ਵਿੱਚ ਬੈਠ ਜਾਂਦੇ ਨੇ, ਅਤੇ ਉਹਨਾਂ ਦੇ ਵਿੱਚੋਂ ਫਿਰ ਪਾਣੀ ਨਹੀਂ ਲੰਘਦਾ, ਕਲਰ ਦੀ ਮਿੱਟੀ ਜਿਹਨੂੰ ਆਪਾਂ ਕਹਿ ਦਿੰਦੇ ਹਾਂ, ਛੱਤਾਂ ਦੇ ਉੱਤੇ ਵੀ ਪਾਉਂਦੇ ਹਾਂ, ਕਿਉਂਕਿ ਉਹਦੇ ਵਿੱਚ ਪਾਣੀ ਨਹੀਂ ਲੰਘਦਾ ਅੰਦਰ, ਤਾਂ ਉਹਦੇ ਵਿੱਚ ਕੁਛ ਵੀ ਉਗਾਉਣਾ ਜਿਹੜਾ ਉਹ ਕਾਫੀ ਮੁਸ਼ਕਲ ਹੋ ਜਾਂਦਾ। ਅਤੇ ਜਿਹੜਾ ਇਹ ਰੇਤੇ ਵਰਗੀ ਮਿੱਟੀ ਹੈ ਇਹਦੇ ਵਿੱਚ ਪਾਣੀ ਖੜਦਾ ਨਹੀਂ, ਇਹ ਬਾਲਾ ਥੱਲੇ ਨਿਕਲ ਹੀ ਜਾਂਦਾ। ਤੋ ਇਹ ਦੋਹੇ ਟਾਈਪ ਦੀ ਜਿਹੜੀ ਸੋਇਲ ਹੈ, ਦੋਹੇ ਤਰ੍ਹਾਂ ਦੀ ਮਿੱਟੀ ਹੈ, ਇਹ ਦੋਨੋਂ ਤਰ੍ਹਾਂ ਦੀ ਜਿਹੜੀ ਮਿੱਟੀ ਹੈ ਉਹ ਕੋਈ ਵੀ ਚੀਜ਼ ਨੂੰ ਉਗਾਉਣ ਵਾਸਤੇ ਉਨੀ ਸਹੀ ਨਹੀਂ ਹੈ, ਚਾਹੇ ਇਹਦੇ ਵਿੱਚ ਧਾਤਾਂ ਜਿਹੜੀਆਂ ਮਰਜ਼ੀ ਹੋਣ। ਅਤੇ ਫਿਰ ਵਧੀਆ ਕਿਹੜੀ ਹੈ, ਜਿਹਦੇ ਵਿੱਚ ਸੈਂਡੀ ਸੋਇਲ ਅਤੇ ਕਲੇ ਸੋਇਲ ਅਤੇ ਸਿਲਟ ਦਾ ਬਰਾਬਰ ਬਰਾਬਰ ਹੋਵੇ, ਮਤਲਬ ਕੁਛ ਪਾਣੀ ਉਹਦੇ ਵਿੱਚ ਰਿਸੇ ਵੀ ਅਤੇ ਇੰਨਾ ਵੀ ਨਾ ਹੋਵੇ ਕਿ ਉਹ ਜਾਮ ਹੋ ਜਾਵੇ, ਬਿਲਕੁਲ ਹੀ ਪਾਣੀ ਨੂੰ ਥੱਲੇ ਹੀ ਨਾ ਜਾਣ ਦੇਵੇ,
ਜੜ੍ਹਾਂ ਨੂੰ ਨਾ ਹਵਾ ਲੱਗੇ ਨਾ ਪਾਣੀ ਪਹੁੰਚੇ, ਅਤੇ ਉਹਨੂੰ ਕਹਿੰਦੇ ਲੂਮੀ ਸੋਇਲ। ਤਾਂ ਸੋਇਲ ਦਾ ਜਿਹੜਾ ਟੈਕਸਚਰ ਹੈ ਉਹਨੂੰ ਆਪਾਂ ਹੁਣ ਇੱਥੇ ਬਦਲਣ ਦੀ ਕੋਸ਼ਿਸ਼ ਕਰਾਂਗੇ। ਕਿਵੇਂ ਬਦਲਿਆ ਜਾਵੇ ਉਹਦੇ ਬਾਰੇ ਆਪਾਂ ਆਉਣ ਵਾਲੀਆਂ ਵੀਡੀਓਜ਼ ਦੇ ਵਿੱਚ ਚਰਚਾ ਕਰਾਂਗੇ, ਕਿਉਂਕਿ ਸੋਇਲ ਦਾ ਟੈਕਸਚਰ ਬਹੁਤ ਜ਼ਰੂਰੀ ਹੈ। ਪਾਣੀ ਉਹਦੇ ਵਿੱਚ ਰੁਕੇ ਵੀ ਜਾਵੇ ਵੀ, ਇਹ ਵੀ ਨਾ ਹੋਵੇ ਵੀ ਵਿੱਚ ਨਾ ਜਾਵੇ, ਅਤੇ ਜੜ੍ਹਾਂ ਨੂੰ ਹਵਾ ਔਰ ਪਾਣੀ ਮਿਲਦਾ ਵੀ ਰਹੇ। ਤਾਂ ਇਹ ਜੇ ਤੁਸੀਂ ਦੇਖ ਰਹੇ ਹੋਗੇ ਤਾਂ ਇਹ ਜਿਹੜੀਆਂ ਆਪਾਂ ਟ੍ਰੈਂਚਾਂ ਖੋਦੀਆਂ ਸੀਗੀਆਂ ਇਹਦੇ ਵਿੱਚ ਥੱਲੇ ਆਪਾਂ ਕੁਛ ਲੱਕੜਾਂ ਪਾਈਆਂ ਨੇ। ਇਹ ਕੁਛ ਗਿੱਲੀਆਂ ਲੱਕੜਾਂ ਨੇ, ਕੁਛ ਸੁੱਕੀਆਂ ਲੱਕੜਾਂ ਨੇ। ਇਹ ਕਿਉਂ ਪਾਈਆਂ ਨੇ ਇਹਦੇ ਬਾਰੇ ਜਿਵੇਂ ਜਿਵੇਂ ਆਪਾਂ ਕੰਪੋਸਟਿੰਗ ਦਾ ਡੀਕੰਪੋਜੀਸ਼ਨ ਦਾ ਸਮਝੀ ਜਾਵਾਂਗੇ ਵੀਡੀਓਜ਼ ਦੇ ਵਿੱਚ, ਫਿਰ ਆਪਾਂ ਨੂੰ ਸਮਝ ਆਊਗੀ ਵੀ ਇਹ ਕਿਉਂ ਪਾਈਆਂ ਸੀ। ਇਹ ਤੁਹਾਨੂੰ ਇਸ ਵੀਡੀਓ ਦੇ ਵਿੱਚ ਦਿਖਾਉਣ ਦਾ ਮਕਸਦ ਇਹ ਹੈ ਕਿ ਜਦ ਤੱਕ ਆਪਾਂ ਸਮਝਾਂਗੇ ਮਿੱਟੀ ਦੇ ਬਾਰੇ, ਸੋਇਲ ਦੇ ਬਾਰੇ, ਉਦੋਂ ਤੱਕ ਤਾਂ ਇਹ ਟ੍ਰੈਂਚਾਂ ਜਿਹੜੀਆਂ ਨੇ ਉਹ ਬੰਦ ਹੋ ਜਾਣਗੀਆਂ। ਤੋ ਆਪਾਂ ਸਾਰੇ ਖਿਲਾਰੇ ਨੂੰ ਇਕੱਠਾ ਕਰੀਏ, ਇੱਕ ਤਾਂ ਇਹ ਸਮਝੀਏ ਕਿ ਮਿੱਟੀ ਬਣੀ ਕਾਹਦੀ ਹੈ। ਇਹਦੇ 'ਚ 45 ਪੈਸੇ ਤੁਹਾਡੇ ਖਣਿਜ ਅਤੇ ਧਾਤਾਂ ਨੇ, 4 ਤੋਂ 5 ਪੈਸੇ ਇਹਦੇ ਵਿੱਚ ਹੋਣੀ ਚਾਹੀਦੀ ਹੈ ਜੈਵਿਕ ਮਾਦਾ। ਜੇ ਉਹ ਹੈ ਨਹੀਂ ਤਾਂ ਕੁਛ ਵੀ ਨਹੀਂ ਉੱਗੂਗਾ, ਜਿਹੜਾ ਮਰਜ਼ੀ ਯੂਰੀਆ DAP ਜੋ ਮਰਜ਼ੀ ਪਾਉਂਦੇ ਰਹੋ ਤੁਸੀਂ। ਅਤੇ 20 ਤੋਂ 30 ਪੈਸੇ ਹਵਾ, ਪਾਰਟੀਕਲ ਸਾਈਜ਼ ਜਿਹੜਾ ਸਾਡਾ ਉਹ ਇੰਨਾ ਕੁ ਹੋਣਾ ਚਾਹੀਦਾ ਵੀ ਉਹਦੇ ਅੰਦਰ 19 ਕੁ ਹਵਾ ਰਹੇ, ਅਤੇ 20 ਤੋਂ 30% ਹੀ ਉਹਦੇ ਵਿੱਚ ਪਾਣੀ। ਤਾਂ ਇਹਦੇ ਨਾਲ 1 ਰੁਪਈਆ ਪੂਰਾ ਹੋ ਜਾਂਦਾ। ਦੂਸਰੀ ਚੀਜ਼ ਜਿਹੜੀ ਅੱਜ ਆਪਾਂ ਅੱਜ ਸਮਝੀਏ ਉਹ ਇਹ ਸਮਝੀਏ ਕਿ ਜਿਹੜਾ ਇਹਦਾ ਸਾਈਜ਼ ਹੈ, ਕਣਾਂ ਦਾ ਸਾਈਜ਼ ਹੈ, ਪਾਰਟੀਕਲ ਸਾਈਜ਼ ਹੈ, ਉਹ ਬਹੁਤ ਜ਼ਰੂਰੀ ਹੈ। ਬਹੁਤ ਬਰੀਕ ਪਾਰਟੀਕਲ ਸਾਈਜ਼ ਹੋਣਗੇ ਤਾਂ ਉਹ ਸੀਮੈਂਟ ਵਾਂਗੂ ਜੰਮ ਜੂਗਾ ਉਹ, ਅਤੇ ਜੇ ਵੱਡੇ ਹੋਣਗੇ ਕਣ ਤਾਂ ਉਹਨਾਂ ਦੇ ਵਿੱਚ ਇੰਨੇ ਗੈਪ ਰਹਿ ਜਾਣਗੇ, ਇੰਨੀ ਵਿੱਥ ਰਹਿ ਜੂਗੀ ਕਿ ਉਹਨੇ ਪਾਣੀ ਨੂੰ ਰੱਖਣਾ ਹੀ ਨਹੀਂ ਆਪਣੇ ਵਿੱਚ, ਅਤੇ ਥੱਲੇ ਚੱਲੀ ਜਾਊਗਾ। ਅਤੇ ਅੱਗੇ ਚੱਲ ਕੇ ਆਪਾਂ ਇਹ ਵੀ ਸਮਝਾਂਗੇ ਕਿ ਜਿਹੜੇ ਵੀ ਇਹਦੇ ਵਿੱਚ ਖਣਿਜ ਨੇ ਉਹ ਬੂਟੇ ਦੀ ਖੁਰਾਕ ਤਾਂ ਹੈ ਪਰ ਉਸ ਫੋਰਮ ਦੇ ਵਿੱਚ ਨਹੀਂ ਹੈ, ਉਸ ਸ਼ਕਲ ਦੇ ਵਿੱਚ ਨਹੀਂ ਹੈ ਜਿਹਦੇ ਵਿੱਚ ਬੂਟਾ ਉਹਨੂੰ ਚੱਕ ਸਕੇ। ਕਿਉਂਕਿ ਬੂਟਾ ਵੀ ਜਿਹੜਾ ਹੈ ਇੱਕ ਤਰ੍ਹਾਂ ਦਾ ਬਿਜਲੀ ਵਾਂਗੂ ਚੱਕਦਾ ਹੈ ਇਹ। ਅੱਜ ਥੋੜ੍ਹਾ ਸ਼ਾਇਦ ਤੁਹਾਨੂੰ ਅਜੀਬ ਲੱਗੇ ਪਰ ਜਿਵੇਂ ਆਪਾਂ ਅੱਗੇ ਸਮਝਾਂਗੇ, EC ਇਲੈਕਟ੍ਰਿਕ ਕੰਡਕਟੀਵਿਟੀ ਕਹਿੰਦੇ ਨੇ ਉਹਨੂੰ, ਜਿਵੇਂ ਬੈਟਰੀ ਹੁੰਦੀ ਹੈ ਆਪਣੀ, ਉਹਨੂੰ ਬਾਹਰੋਂ ਤਾਂ ਕਿਤੇ ਤਾਰਾਂ ਨਹੀਂ ਲੱਗੀਆਂ ਹੁੰਦੀਆਂ, ਉਹਦੇ ਵਿੱਚ ਕੀ ਹੁੰਦਾ 2 ਤਰ੍ਹਾਂ ਦੀਆਂ ਧਾਤਾਂ ਹੁੰਦੀਆਂ ਨੇ ਅਤੇ 1 ਤੇਜ਼ਾਬ ਹੁੰਦਾ ਤਾਂ ਉਹ ਕਰੰਟ ਕੱਢਣਾ ਸ਼ੁਰੂ ਕਰ ਦਿੰਦੀ ਹੈ। ਕੁਛ ਇਸੇ ਤਰ੍ਹਾਂ ਜਿਹੜੀਆਂ ਧਾਤਾਂ ਜਿਹੜੇ ਖਣਿਜ ਨੇ ਉਹ ਬੂਟੇ ਦੀਆਂ ਜੜ੍ਹਾਂ ਦੇ ਵਿੱਚੋਂ ਜਾਂਦੇ ਨੇ, ਬੂਟੇ ਤੱਕ ਪਹੁੰਚਦੇ ਨੇ, ਅਤੇ ਉਹ ਇਲੈਕਟ੍ਰਿਕ ਕੰਡਕਟੀਵਿਟੀ ਜਿਹੜੀ ਹੈ ਤੁਹਾਨੂੰ ਬਹੁਤ ਆਰਾਮ ਨਾਲ ਸਮਝ ਆ ਜੂਗੀ, ਕੋਈ ਇੰਨਾ ਮੁਸ਼ਕਲ ਕੰਮ ਨਹੀਂ ਹੈ। ਅਤੇ ਅਸੀਂ ਹੌਲੀ ਹੌਲੀ ਇਹ ਸਾਰੀਆਂ ਚੀਜ਼ਾਂ ਨੂੰ ਸਮਝਾਂਗੇ। ਪਿਛਲੀ ਵਾਰੀ ਆਪਾਂ ਜਾਣਿਆ ਮਿੱਟੀ ਦੇ ਵਿੱਚ ਹੁੰਦਾ ਕੀ ਹੈ, ਐਤਕੀ ਆਪਾਂ ਜਾਣਿਆ ਕਿ ਮਿੱਟੀ ਦੇ ਜਿਹੜੇ ਕਣਾਂ ਦਾ ਸਾਈਜ਼ ਹੈ ਉਹ ਬਹੁਤ ਜ਼ਰੂਰੀ ਹੈ। ਜਿਹੜੇ ਕਣ ਨੇ ਉਹ ਹਰ ਤਰ੍ਹਾਂ ਦੇ ਕਣ ਹੋਣੇ ਚਾਹੀਦੇ ਨੇ, ਕੁਛ ਪਾਣੀ ਨੂੰ ਖੜਾਉਣ ਵਾਲੇ ਅਤੇ ਕੁਛ ਪਾਣੀ ਨੂੰ ਪਾਸ ਕਰਾਉਣ ਵਾਲੇ, ਪੋਰੀਸਿਟੀ ਵੀ ਜ਼ਰੂਰੀ ਹੈ। ਅਤੇ
ਅੱਗੇ ਆਪਾਂ ਸਮਝਾਂਗੇ ਕਿ ਜਿਹੜਾ ਪਾਣੀ ਮਿੱਟੀ ਨੂੰ ਜਾਣਾ ਜਾਂ ਮਿੱਟੀ ਦਾ ਜਿਹੜਾ ਤੇਜ਼ਾਬੀ ਮਾਦਾ ਪੀ ਐੱਚ ਜਿਹਨੂੰ ਕਹਿੰਦੇ, ਚਾਹੇ ਥੋੜ੍ਹਾ ਭਾਰਾ ਵਰਡ ਲੱਗ ਰਿਹਾ ਹੋਵੇ ਅੱਜ, ਪਰ ਕੋਈ ਗੱਲ ਨਹੀਂ, ਉਹਦਾ ਕੀ ਰੋਲ ਹੈ ਅਤੇ ਉਹਨੂੰ ਕਿਵੇਂ ਆਪਾਂ ਮੇਨਟੇਨ ਕਰ ਸਕਦੇ ਹਾਂ, ਅਤੇ ਸਭ ਤੋਂ ਵਧੀਆ ਪੀ ਐੱਚ ਜਿਹੜੀ ਹੈ ਉਹ ਕਿਹੜੀ ਹੋਵੇ ਅਤੇ ਕਿਸ ਤਰ੍ਹਾਂ ਉਹ ਮੇਨਟੇਨ ਹੋਊਗੀ। ਸਤਿ ਸ਼੍ਰੀ ਅਕਾਲ, ਫਿਰ ਮਿਲਾਂਗੇ।